सत श्री अकाल किसान भरावो, मेरा नाम है मनजीत सिंह, TSM मुक्तसर अडवांटा सीड्स पंजाब। सब तो पहला तो मैं उम्मीद करांगा कि तुसी अपने घरां दे विच होवोंगे अते सरकार दीआं दित्तीआं हदायतां दी पालना कर रहे होवोंगे। इस करोना भयानक महामारी नूं हराउण दे लई सरकार दीआं दित्तीआं सारीआं हदायतां दी पालना करना बहुत जरूरी है, जिवें कि हत्थां नूं समें तों समें सैनेटाइज करना, ते नाल दी नाल मास्क पा के रखना अते बिना जरूरत तो घर तो बाहर जाण दा गुरेज करना। इस नाल दी नाल किसान वीरों व्यक्तिगत दूरी 2 मीटर रखण दी पालना करना बहुत जरूरी है। मैं तुहाडे अते तुहाडे परिवार दी तंदुरुस्ती दी कामना करदा हाँ। अज असीं तुहाडे नाल एकत्रित होए हाँ झोने दी फसल बारे, झोने दी फसल दे प्रबंधन बारे कुछ जानकारी सांझी करन दे लई। सब तो पहला तो मैं दसना चाहांगा कि अडवांटा लैके आई है किसान वीरां दे लई व्हाट्सएप चैटबॉट नंबर। किसान इस दे उपर कनेक्ट करके कोई भी अपना सवाल किसी भी तरह की जानकारी एकत्रित कर सकते हैं। 98 870 91 390, 98 870 91 390 के उपर तुसी संपर्क कर सकते हो। किसान वीरो, अडवांटा सीड्स UPL बहुराष्ट्रीय कंपनी का एक हिस्सा है जो कि किसानों को लंबे समय तो उच्च गुणवत्ता के बीज मुहैया करवा रही है, जिमें कि मक्की, झोना, हरे चारे के बीज, सूरजमुखी के बीज में तुसी भली भांत जानते हो तो वरतते आ रहे हो। अडवांटा का मकसद इको रहा है कि किसानों R&D वेस्ट उच्च गुणवत्ता के बीज मुहैया करवाए जान जिन्हां नाल किसान दियां मुश्किलां हल हो सकन। ਤਾਂ ਕਿਸਾਨ ਵੀਰੋ, ਜਦ ਅਸੀਂ ਗੱਲ ਕਰਦੇ ਹਾਂ ਝੋਨੇ ਦੀ ਫਸਲ ਦੇ ਮੈਨੇਜਮੈਂਟ ਦੇ ਬਾਰੇ, ਤਾਂ ਸਾਨੂੰ ਕਈ ਪੜਾਅ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਅਸੀਂ ਨਰਸਰੀ ਦੀ ਬਿਜਾਈ ਕਰਨੀ ਹੁੰਦੀ ਹੈ, ਫਿਰ ਉਸ ਪਨੀਰੀ ਨੂੰ ਪੁੱਟਣਾ, ਨਾਲ ਦੀ ਨਾਲ ਨਦੀਨਾਂ ਦੀ ਰੋਕਥਾਮ, ਜਲ ਪ੍ਰਬੰਧਨ ਅਤੇ ਖਾਦ ਪ੍ਰਬੰਧਨ ਅਹਿਮ ਰਹਿੰਦਾ ਹੈ। ਤਾਂ ਅਸੀਂ ਕ੍ਰਮਵਾਰ ਸਾਰੇ ਹੀ ਪੜਾਵਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈ ਨਰਸਰੀ ਪ੍ਰਬੰਧਨ। ਜਦ ਅਸੀਂ ਨਰਸਰੀ ਪ੍ਰਬੰਧਨ ਦੀ ਗੱਲ ਕਰੀਏ ਤਾਂ ਅਸੀਂ ਧਿਆਨ ਰੱਖਣਾ ਹੈ ਕਿ ਪਹਿਲੇ 3 ਤੋਂ 5 ਦਿਨ ਤੱਕ ਨਦੀਨ ਦਾ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਨਦੀਨ ਨੂੰ ਅਸੀਂ ਉਖਾੜਨਾ ਹੈ। ਜੇ ਅਸੀਂ ਹੱਥਾਂ ਦੇ ਨਾਲ ਨਦੀਨ ਦੀ ਨਰਸਰੀ 'ਚੋਂ ਪਟਾਈ ਕਰ ਰਹੇ ਹਾਂ ਬੀਜਣ ਤੋਂ ਬਾਅਦ, ਤਾਂ 10 ਤੋਂ 12 ਦਿਨ ਤੱਕ ਅਸੀਂ ਇਹ ਯਕੀਨੀ ਬਣਾਉਣਾ ਹੈ ਕਿ ਜਿਹੜੀ ਸਾਡਾ ਖੇਤ ਹੈ ਉਹ ਨਦੀਨ ਮੁਕਤ ਰਹੇ, ਉੱਥੇ ਕਿਸੇ ਤਰ੍ਹਾਂ ਦਾ ਵੀ ਨਦੀਨ ਨਾ ਉੱਗੇ ਜਦ ਤੱਕ ਸਾਡੇ ਬੀਜ ਨਹੀਂ ਉੱਗ ਜਾਂਦੇ। ਅਤੇ ਨਾਲ ਹੀ ਜੇ ਤੁਸੀਂ ਨਦੀਨ ਉੱਗਣ ਤੋਂ ਪਹਿਲਾਂ ਦੀ ਰਸਾਇਣ ਵਰਤਣਾ ਚਾਹੁੰਦੇ ਹੋ ਤਾਂ UPL ਦਾ ਇਰੋਜ਼ ਗੋਲਡ ਤੁਸੀਂ ਵਰਤ ਸਕਦੇ ਹੋ। ਜਦੋਂ ਅਸੀਂ ਨਰਸਰੀ ਦੇ ਵਿੱਚ ਕੀਟ ਤੇ ਰੋਗ ਪ੍ਰਬੰਧਨ ਦੀ ਗੱਲ ਕਰਦੇ ਹਾਂ ਤਾਂ 10 ਤੋਂ 20 ਦਿਨ ਦਾ ਸਮਾਂ ਬਹੁਤ ਅਹਿਮ ਹੁੰਦਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਮੈਨੇਜ ਕਰਨਾ ਹੈ ਆਰਮੀ ਕੀੜਾ, ਜਿਹਦੇ ਲਈ ਅਸੀਂ ਰਸਾਇਣ ਵਰਤਾਂਗੇ ਕਲੋਰੋਪੈਰੀਫੋਸ 20 EC 80 ml। ਅਤੇ ਨਾਲ ਦੀ ਨਾਲ ਹੀ ਜੇ ਤੁਹਾਨੂੰ ਥ੍ਰਿਪਸ, ਜਿਹਨੂੰ ਅਸੀਂ ਜੂੰ ਵੀ ਕਹਿ ਦਿੰਦੇ ਹਾਂ, ਉਸਦਾ ਹਮਲਾ ਦਿਖਦਾ ਹੈ ਤਾਂ ਅਸੀਂ ਪ੍ਰਭਾਵਿਤ ਫਸਲਾਂ ਨੂੰ 1-2 ਦਿਨਾਂ ਤੱਕ ਦੇ ਅੱਧੇ ਅੱਧੇ ਘੰਟੇ ਦੇ ਲਈ 1-2 ਦਿਨਾਂ ਤੱਕ ਪਾਣੀ ਦੇ ਵਿੱਚ ਡੁਬੋ ਸਕਦੇ ਹਾਂ, ਜਾਂ ਅਸੀਂ ਇੱਕ ਗਿੱਲਾ ਕੱਪੜਾ ਲੈ ਕੇ ਬੂਟਿਆਂ ਦੇ ਉੱਪਰੋਂ ਖਿੱਚ ਸਕਦੇ ਹਾਂ ਜਿਹਦੇ ਨਾਲ ਅਸੀਂ ਮੈਨੂਅਲੀ ਇਸ ਦਾ ਕੰਟਰੋਲ ਕਰ ਪਾਵਾਂਗੇ। ਪਰ ਰਸਾਇਣਿਕ ਵਰਤੋਂ ਦੇ ਲਈ ਅਸੀਂ ਰਿਨੇਵਾ 40 ਗ੍ਰਾਮ ਪ੍ਰਤੀ ਏਕੜ ਦੀ ਜਿਹੜੀ ਵਰਤੋਂ ਕਰਨੀ ਹੈ। ਇੱਕ ਹੋਰ ਅਹਿਮ ਕੀੜਾ ਜੋ ਸਾਡੇ ਫਸਲ ਦੇ ਉੱਪਰ ਇਸ ਸਮੇਂ ਆਉਂਦਾ ਹੈ, ਹਰੇ ਪੱਤੇ ਦੇ ਹੋਪਰ ਜਿਨ੍ਹਾਂ ਨੂੰ ਅਸੀਂ ਟਿੱਡੇ ਵੀ ਆਖਦੇ ਹਾਂ, ਤਾਂ ਇਹਦੀ ਕੰਟਰੋਲ ਦੇ ਲਈ ਅਸੀਂ ਕਾਰਬੋਫਿਊਰੋਨ 3G 3.5 ਕਿਲੋ ਜਾਂ ਓਮੇਟ 10G 1 ਕਿਲੋ ਪ੍ਰਤੀ ਏਕੜ ਨਰਸਰੀ ਦੇ ਲਈ ਵਰਤੋਂ ਕਰਦੇ ਹਾਂ। ਜਦ ਅਸੀਂ ਰੋਗ ਪ੍ਰਬੰਧਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਉਂਦਾ ਆ ਬਲਾਸਟ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਝੁਲਸ ਰੋਗ ਵੀ ਆਖਦੇ ਹਾਂ। ਝੁਲਸ ਰੋਗ ਦੇ ਰੋਕਥਾਮ ਦੇ ਲਈ ਅਸੀਂ ਸਮਰ 120 ਗ੍ਰਾਮ ਪ੍ਰਤੀ ਏਕੜ ਜਾਂ ਵਿਜੇਤਾ 200 ml ਪ੍ਰਤੀ ਏਕੜ ਦੀ ਵਰਤੋਂ ਕਰਾਂਗੇ। ਜੇ ਕਿਸਾਨ ਵੀਰੋ ਸਾਨੂੰ ਕਿਸੇ ਤਰੀਕੇ ਦੇ ਸਪੌਟ ਜਾਂ ਧੱਬੇ ਆਪਣੇ ਪੌਣ ਦੇ ਉੱਪਰ ਦਿਖਦੇ ਨੇ ਤਾਂ ਉਥੇਨ M45 2 ਗ੍ਰਾਮ ਪ੍ਰਤੀ ਲੀਟਰ ਆਫ ਵਾਟਰ ਅਸੀਂ ਜਿਹੜਾ ਹੈਗਾ ਇਹਨੂੰ ਪਾ ਕੇ ਵਰਤਾਂਗੇ। ਕੀਟ ਅਤੇ ਰੋਗ ਪ੍ਰਬੰਧਨ ਤੋਂ ਬਾਅਦ ਸਭ ਤੋਂ ਜੋ ਅਹਿਮ ਹੈ ਖਾਦ ਦੀ ਵਰਤੋਂ, ਖਾਦ ਦਾ ਪ੍ਰਬੰਧਨ।
ਤਾਂ 10 ਤੋਂ 15 ਦਿਨ ਦਾ ਜੋ ਸਮਾਂ ਹੁੰਦਾ ਨਰਸਰੀ ਦਾ, ਉਹ ਬੜਾ ਅਹਿਮ ਹੁੰਦਾ ਹੈ ਖਾਦ ਦੇ ਲਈ, ਜਿਹਦੇ ਵਿੱਚ ਅਸੀਂ 40 ਗ੍ਰਾਮ DAP ਪ੍ਰਤੀ ਵਰਗ ਮੀਟਰ ਵਰਤਾਂਗੇ। ਜੇ ਅਸੀਂ ਬੈਸਲ ਡੋਜ਼ ਦੇ ਵਿੱਚ ਬੀਜਣ ਤੋਂ ਪਹਿਲਾਂ ਮਤਲਬ DAP ਜਿਹੜੀ ਹੈਗੀ ਹੈ ਨਹੀਂ ਪਾਈ, ਅਤੇ ਨਾਲ ਦੀ ਨਾਲ ਅਸੀਂ ਲੋਹੇ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਫੋਰੇਸ ਸਲਫੇਟ ਦੀ ਵਰਤੋਂ ਕਰਾਂਗੇ 0.5%। ਇਹਦੇ ਨਾਲ ਹੀ ਕਿਸਾਨ ਵੀਰੋ ਜਲ ਪ੍ਰਬੰਧਨ ਦਾ 3 ਦਿਨਾਂ ਤੋਂ ਲੈ ਕੇ ਪੂਰੀ ਨਰਸਰੀ ਦੇ ਪੀਰੀਅਡ ਦੇ ਦੌਰਾਨ ਬਹੁਤ ਹੀ ਜਲ ਪ੍ਰਬੰਧਨ ਜ਼ਰੂਰੀ ਇਹ ਹੋ ਜਾਂਦਾ ਹੈ। ਤਾਂ ਜਦੋਂ ਅਸੀਂ ਨਰਸਰੀ ਬੀਜਦੇ ਹਾਂ ਉਸ ਤੋਂ 18 ਤੋਂ 24 ਘੰਟੇ ਦੇ ਵਿੱਚ ਸਾਨੂੰ ਇੱਕ ਵਾਰੀ ਪਾਣੀ ਕੱਢਣਾ ਬਹੁਤ ਲਾਜ਼ਮੀ ਹੁੰਦਾ ਹੈ, ਅਤੇ ਇਹ ਯਕੀਨੀ ਬਣਾਉਣਾ ਹੈ ਕਿ 3 ਤੋਂ 5 ਦਿਨ ਤੱਕ ਜਿਹੜਾ ਸਾਡਾ ਖੇਤ ਹੈ, ਖੇਤ ਦੇ ਵਿੱਚ ਉਚਿਤ ਨਮੀ ਜਿਹੜੀ ਹੈਗੀ ਆ ਉਹ ਪਾਣੀ ਦੀ ਬਣੀ ਰਹੇ, ਤਾਂ ਕਿ ਜੋ ਸਾਡਾ ਬੀਜ ਹੈ ਸਹੀ ਤਰੀਕੇ ਨਾਲ ਟੰਗੂਰ ਮਾਰ ਸਕੇ। ਅਤੇ 6ਵੇਂ ਦਿਨ ਤੋਂ ਬਾਅਦ ਅਸੀਂ 1.5 ਸੈਂਟੀਮੀਟਰ ਜਿਹੜਾ ਹੈਗਾ ਪਾਣੀ ਖੜਾ ਕਰ ਸਕਦੇ ਹਾਂ, ਜਿਵੇਂ ਜਿਵੇਂ ਕਿ ਸਾਡੀ ਹਾਈਟ ਸਾਡੇ ਪਲਾਟ ਦੀ ਵਧਦੀ ਹੈ, ਤਾਂ ਅਸੀਂ ਇਹਨੂੰ 2 ਸੈਂਟੀਮੀਟਰ ਤੱਕ ਲੈ ਕੇ ਜਾਂਦੇ ਹਾਂ। ਪਨੀਰੀ ਪੁੱਟਣ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਅਸੀਂ 4 ਕਿਲੋ ਜਿਪਸਮ ਅਤੇ 1 ਕਿਲੋ DAP ਜਿਹੜਾ ਹੈਗਾ ਵਰਤਣਾ ਹੈ 10 ਦਿਨ ਘੱਟ ਤੋਂ ਘੱਟ ਪਨੀਰੀ ਪੁੱਟਣ ਤੋਂ ਪਹਿਲਾਂ, ਇਹ ਯਕੀਨੀ ਬਣਾਉਣਾ ਹੈ। ਤਾਂ ਕਿਸਾਨ ਵੀਰੋ ਇਸ ਸਮੇਂ ਦੇ ਉੱਤੇ ਸਭ ਤੋਂ ਇੱਕ ਮਹੱਤਵਪੂਰਨ ਸਵਾਲ ਇਹ ਹੈ ਕਿ ਪਨੀਰੀ ਬੀਜਣੀ ਕਿੰਨੀ ਹੈ। ਤਾਂ ਮੈਂ ਇਹੀ ਕਹਾਂਗਾ ਕਿ ਜਿੰਨਾ ਵੀ ਰਕਬਾ ਤੁਸੀਂ ਆਪਣਾ ਝੋਨੇ ਦੀ ਫਸਲ ਦੇ ਹੇਠ ਲੈ ਕੇ ਆਉਣਾ ਹੈ, ਉਸ ਦਾ 10ਵਾਂ ਹਿੱਸਾ ਜਿਹੜਾ ਹੈਗਾ ਤੁਸੀਂ ਪਨੀਰੀ ਦਾ ਬੀਜੋ, ਜਿਹਦੇ ਨਾਲ ਤੁਹਾਡੀ ਪਨੀਰੀ ਦਾ ਸਹੀ ਆਕਾਰ ਤੁਹਾਨੂੰ ਮਿਲੇਗਾ। ਕਿਸਾਨ ਵੀਰੋ ਜਦ ਅਸੀਂ ਗੱਲ ਕਰਦੇ ਹਾਂ ਪਨੀਰੀ ਬੀਜਣ ਤੋਂ ਬਾਅਦ ਪਨੀਰੀ ਦੀ ਸਾਂਭ ਸੰਭਾਲ ਦੀ ਗੱਲ ਅਸੀਂ ਕੀਤੀ ਹੈ ਅਤੇ ਉਹਨੂੰ ਕੁੱਟਣ ਦੀ ਗੱਲ ਕਰਦੇ ਹਾਂ, ਤਾਂ ਜਦੋਂ ਅਸੀਂ ਪਨੀਰੀ ਨੂੰ ਕੁੱਟਣਾ ਆ ਨਰਸਰੀ ਬੈੱਡ ਤੋਂ, ਤਾਂ ਸਭ ਤੋਂ ਪਹਿਲੀ ਗੱਲ ਕਿ ਪਾਣੀ ਖੜਾ ਹੋਵੇ, ਜਿੱਦਾਂ ਤੁਸੀਂ 1 ਨੰਬਰ ਫੋਟੋ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਭਰਿਆ ਹੋਇਆ ਹੈ ਜਦ ਅਸੀਂ ਨਰਸਰੀ ਨੂੰ ਕੁੱਟ ਰਹੇ ਹਾਂ, ਅਤੇ ਨਾਲ ਦੀ ਨਾਲ ਨਰਸਰੀ ਪੁੱਟਣ ਤੋਂ ਬਾਅਦ ਜਦੋਂ ਤੁਸੀਂ ਪੌਂਦ ਲਗਾਉਣੀ ਹੈ ਤਾਂ ਢੁੱਕ ਬੀਨ ਦੀ ਸਪੇਸਿੰਗ ਉਸ ਸਮੇਂ ਬਹੁਤ ਜ਼ਰੂਰੀ ਹੈ, 20 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ 15 ਸੈਂਟੀਮੀਟਰ ਪੌਦੇ ਤੋਂ ਪੌਦੇ ਦਾ ਜੋ ਫਾਸਲਾ ਹੈ ਇਹ ਇੱਕ ਢੁੱਕਵਾਂ ਹੈ ਜਿਹਦਾ ਅਸੀਂ ਨਿਰੰਤਰ ਬਣਾ ਕੇ ਰੱਖਣਾ ਹੈ, ਅਤੇ ਨਾਲ ਦੀ ਨਾਲ ਪ੍ਰਤੀ ਹਿੱਲ ਜਿਹੜਾ ਹੈਗਾ ਅਸੀਂ 1 ਪੌਦੇ ਦੀ ਵਰਤੋਂ ਕਰ ਸਕਦੇ ਹਾਂ। ਕਿਸਾਨ ਵੀਰੋ ਇੱਕ ਜਦੋਂ ਕਿ ਤੁਹਾਨੂੰ ਤੁਹਾਡੇ ਕੁਝ ਪੌਦੇ ਸੁੱਕ ਜਾਂਦੇ ਹਨ ਕਿਸੇ ਵੀ ਕਾਰਨ ਦੇ ਕਰਕੇ ਅਤੇ ਸਾਨੂੰ ਗੈਪ ਫਿਲਿੰਗ ਦੀ ਜ਼ਰੂਰਤ ਪੈਂਦੀ ਹੈ, ਤਾਂ ਅਸੀਂ ਪੌਂਦ ਲਵਾਈ ਤੋਂ 7 ਦਿਨਾਂ ਦੇ ਅੰਤਰਾਲ ਦੇ ਵਿੱਚ ਜਿਹੜਾ ਗੈਪ ਫਿਲਿੰਗ ਨੂੰ ਕੰਪਲੀਟ ਕਰ ਦੇਣਾ ਹੈ। ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਆਪਣੇ ਵਿਕਾਸ ਦੇ ਪੜਾਅ ਦੀ, ਤਾਂ ਅਲੱਗ ਅਲੱਗ ਪੜਾਵਾਂ ਦੇ ਵਿੱਚ ਹੋ ਕੇ ਜੋ ਸਾਡੀ ਨਰਸਰੀ ਨੂੰ ਗੁਜ਼ਰਨਾ ਪੈਂਦਾ ਹੈ, ਜਿਹਦੇ ਵਿੱਚ ਸਭ ਤੋਂ ਅਹਿਮ ਆ ਜਾਂਦਾ ਹੈ ਫੀਲਡ ਦੀ ਤਿਆਰੀ ਤੋਂ ਬਾਅਦ ਨਰਸਰੀ ਬੀਜਣਾ, ਨਰਸਰੀ ਤੋਂ ਬਾਅਦ ਉਹਦੀ ਟ੍ਰਾਂਸਪਲਾਂਟਿੰਗ ਕਰਕੇ ਬੀਜਣਾ, ਤਾਂ ਜੋ ਪੂਰਾ ਪੀਰੀਅਡ ਨਰਸਰੀ ਤੋਂ ਲੈ ਕੇ ਬੂਟੇ ਦੇ ਟ੍ਰਾਂਸਪਲਾਂਟਿੰਗ ਤੋਂ ਬਾਅਦ ਪੂਰੇ ਬੂਟੇ ਦੀ ਜੜ੍ਹ ਮਾਰ ਜਾਣਾ ਮੱਲਣ ਤੱਕ ਜਿਹੜਾ ਇਹ ਵੈਜੀਟੇਟਿਵ ਫੇਸ ਅਖਵਾਉਂਦਾ ਹੈ, ਅਤੇ ਇਸ ਤੋਂ ਬਾਅਦ ਜੋ ਆਉਂਦਾ ਹੈ ਉਹ ਹੈ ਰੀਪ੍ਰੋਡਕਟਿਵ ਫੇਸ, ਜਿਹੜਾ ਕਿ ਰੀਪ੍ਰੋਡਕਟਿਵ ਫੇਸ ਦੇ ਵਿੱਚ ਜੋ ਸਾਡਾ ਪੌਦਾ ਹੈ ਉਹਦੇ ਮੁਜਰਾ ਆਉਂਦੀਆਂ ਹਨ ਜਿਹਨੂੰ ਅਸੀਂ ਫਲੋਰਿੰਗ ਵੀ ਕਹਿੰਦੇ ਹਾਂ, ਤੇ ਮੁਜਰਾ ਚੰਗੀ ਤਰੀਕੇ ਨਾਲ ਬਣਦੀਆਂ ਹਨ, ਅਤੇ ਨਾਲ ਦੀ ਨਾਲ ਇਸ ਤੋਂ ਬਾਅਦ ਆਉਂਦਾ ਹੈ ਰਿਪਨਿੰਗ ਫੇਸ, ਜਿਹਦੇ ਵਿੱਚ ਦੋਧੇ ਤੋਂ ਦਾਣਾ ਬਣਦਾ ਹੈ ਅਤੇ ਬੀਜ ਪੱਕਦਾ ਹੈ। ਕਿਸਾਨ ਵੀਰੋ ਅਲੱਗ ਅਲੱਗ ਕਿਸਮਾਂ ਦੀਆਂ ਅਲੱਗ ਅਲੱਗ ਹਾਈਬ੍ਰਿਡਾਂ ਦੀਆਂ ਅਲੱਗ ਅਲੱਗ ਵੈਜੀਟੇਟਿਵ ਫੇਸ ਹੈ, ਅਲੱਗ ਅਲੱਗ ਫੇਸ ਦੇ ਵਿੱਚੋਂ ਗੁਜ਼ਰ ਕੇ ਹੋ ਕੇ ਪੈਂਦਾ ਹੈ। ਤਾਂ ਘੱਟ ਸਮੇਂ ਦੀ ਜੋ ਹਾਈਬ੍ਰਿਡ ਨੇ ਜਿਵੇਂ PAC 807, 807+, ADV 8100, ਇਹ ਹਾਈਬ੍ਰਿਡਸ ਦੇ ਵਿੱਚ ਵੈਜੀਟੇਟਿਵ ਜੋ ਫੇਸ ਹੁੰਦਾ ਹੈ ਨਰਸਰੀ ਤੋਂ ਲੈ ਕੇ ਬੂਟੇ ਦੇ ਪੂਰੀ ਤਰੀਕੇ ਨਾਲ ਮੱਲਣ ਤੱਕ ਦਾ ਜੋ ਸਮਾਂ 35 ਤੋਂ 40 ਦਿਨ ਦਾ ਹੁੰਦਾ ਹੈ, ਅਤੇ ਦਰਮਿਆਨੇ ਸਮੇਂ ਦੀਆਂ ਜੋ ਕਿਸਮਾਂ ਹਨ ਜਿਵੇਂ ADV 8082, ADV 801+, PAC 801 ਅਤੇ ADV 85-77, ਇਹ ਦਰਮਿਆਨੇ ਸਮੇਂ ਦੀਆਂ ਕਿਸਮਾਂ ਹਨ ਜੋ 115 ਤੋਂ 130 ਦਿਨ ਲੈਂਦੀਆਂ ਹਨ। ਇਹਨਾਂ ਕਿਸਮਾਂ ਦੇ ਵਿੱਚ 55 ਦਿਨ ਤੋਂ 65 ਦਿਨ ਤੱਕ ਜਿਹੜਾ ਹੈਗਾ ਸਾਡਾ ਪੜਾਅ ਹੁੰਦਾ ਹੈ ਵੈਜੀਟੇਟਿਵ ਫੇਸ ਦਾ। ਇਸ ਤੋਂ ਅਗਲੀ ਗੱਲ ਜਦ ਅਸੀਂ ਕਰਦੇ ਹਾਂ ਲੰਬੀ ਅਦਬੀ ਦੇ ਹਾਈਬ੍ਰਿਡ ਜੋ 130 ਦਿਨ ਤੋਂ ਪਲੱਸ ਦੇ ਹੁੰਦੇ ਹਨ,
ਇਹਨਾਂ ਦੇ ਵਿੱਚ ਜੋ ਅਸੀਂ ਧਿਆਨ ਰੱਖਣਾ ਹੁੰਦਾ ਹੈ, ਇਹਦੇ ਵਿੱਚ PAC 8744, PAC 8744+ ਜੋ ਹਾਈਬ੍ਰਿਡ ਆਉਂਦੇ ਨੇ, 70 ਤੋਂ 80 ਦਿਨ ਦਾ ਜੋ ਫੇਸ ਹੁੰਦਾ ਹੈ ਇਹਦੇ ਵਿੱਚ, ਵੈਜੀਟੇਟਿਵ ਫੇਸ ਅਗਵਾਉਂਦਾ ਹੈ। ਬੂਟਾ ਮੱਲਣ ਤੋਂ ਬਾਅਦ ਜਦ ਵੈਜੀਟੇਟਿਵ ਫੇਸ ਖਤਮ ਹੁੰਦਾ ਹੈ ਤਾਂ ਰੀਪ੍ਰੋਡਕਟਿਵ ਫੇਸ ਸਟਾਰਟ ਹੁੰਦਾ ਹੈ, ਜਿਹਦੇ ਵਿੱਚ ਤੁਹਾਨੂੰ ਜਿਸ ਤਰੀਕੇ ਨਾਲ ਅਸੀਂ ਦੱਸਿਆ ਕਿ ਤੁਹਾਡੀ ਮੁਜਰਾ ਬਣਨੀਆਂ ਸਟਾਰਟ ਹੋ ਜਾਂਦੀਆਂ ਹਨ। ਇਹ 35 ਦਿਨ ਦਾ ਹੁੰਦਾ ਹੈ, ਭਾਵੇਂ ਤੁਸੀਂ ਘੱਟ ਸਮੇਂ ਦਾ ਹਾਈਬ੍ਰਿਡ ਬੀਜਿਆ ਜਾਂ ਲੰਬੇ ਸਮੇਂ ਦਾ ਕੋਈ ਵੀ ਹਾਈਬ੍ਰਿਡ ਹੈ। ਮੁਜਰਾ ਬਣਨ ਤੋਂ ਬਾਅਦ ਜਦ ਤੁਹਾਡਾ ਬੀਜ ਨਿਸਰਨ ਦੇ ਵਿੱਚ ਆਉਂਦਾ ਹੈ ਤਾਂ ਉਸ ਫੇਸ ਨੂੰ ਅਸੀਂ ਨਿਸਰਨ ਤੋਂ ਲੈ ਕੇ ਪਕਾਵੇ ਤੱਕ ਸਾਰਾ 30 ਦਿਨ ਦਾ ਜੋ ਫੇਸ ਹੁੰਦਾ ਹੈ ਇਹ ਬਹੁਤ ਮਹੱਤਵਪੂਰਨ ਫੇਸ ਹੈ। ਕਿਸਾਨ ਵੀਰੋ, ਜਦ ਅਸੀਂ ਨਦੀਨਾਂ ਦੀ ਗੱਲ ਕਰਦੇ ਹਾਂ ਨਦੀਨ ਪ੍ਰਬੰਧਨ ਦੇ ਲਈ, ਤਾਂ ਰਸਾਇਣ ਜੋ ਅਸੀਂ ਵਰਤਦੇ ਹਨ ਉਹਨਾਂ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ UPL ਦਾ ਏਰੋਜ ਗੋਲਡ ਅਤੇ ਸਾਥੀ। ਏਰੋਜ ਗੋਲਡ ਨੂੰ ਅਸੀਂ 800 ਗ੍ਰਾਮ ਪ੍ਰਤੀ ਏਕੜ ਵਰਤਣਾ ਹੈ। ਇਹ ਇੱਕ ਚੌੜੇ ਪੱਤਿਆਂ ਵਾਲੇ ਜੋ ਨਦੀਨ ਹਨ ਉਹਨਾਂ ਦੇ ਲਈ ਕਾਰਜਸ਼ੀਲ ਹੈ। ਇਹ ਨਦੀਨ ਉੱਗਣ ਤੋਂ ਪਹਿਲਾਂ ਹੀ ਅਸੀਂ ਜਿਹੜੇ ਹੈਗੇ ਆ ਨਦੀਨ ਨਾਸ਼ਕ ਵਰਤ ਸਕਦੇ ਹਾਂ। ਨਾਲ ਦੀ ਨਾਲ ਹੀ ਅਸੀਂ ਸਾਥੀ 80 ਗ੍ਰਾਮ ਤੋਂ 100 ਗ੍ਰਾਮ ਤੱਕ ਪ੍ਰਤੀ ਏਕੜ ਵਰਤਣਾ ਹੈ। ਇਹ ਗਰਾਸੀ ਅਤੇ ਬਰੋਡ ਲੀਫ ਜੋ ਤੁਹਾਡੇ ਨਦੀਨ ਹਨ ਉਹਨਾਂ ਨੂੰ ਉੱਗਣ ਤੋਂ ਰੋਕਦਾ ਹੈ। ਕਿਸਾਨ ਵੀਰੋ, ਜਦੋਂ ਨਦੀਨ ਨਾਸ਼ਕਾਂ ਦੀ ਅਸੀਂ ਮਿੱਟੀ ਦੇ ਵਿੱਚ ਮਿਲਾ ਕੇ ਵਰਤੋਂ ਕਰਨੀ ਹੈ ਤਾਂ ਇੱਕ ਸਾਵਧਾਨੀ ਸਾਨੂੰ ਜ਼ਰੂਰ ਵਰਤਣੀ ਹੁੰਦੀ ਹੈ, ਅਤੇ ਸਾਵਧਾਨੀ ਇਹ ਹੈ ਕਿ ਜਦੋਂ ਤੁਸੀਂ ਨਦੀਨ ਨਾਸ਼ਕ ਨੂੰ ਸੁੱਕੀ ਮਿੱਟੀ 50 ਕਿਲੋ ਰੇਤ ਸੁੱਕੀ ਰੇਤ ਦੇ ਵਿੱਚ ਮਿਲਾ ਕੇ ਪਾ ਦਿੱਤਾ ਤਾਂ ਜੋ ਤੁਹਾਡਾ ਪਾਣੀ ਖੇਤ ਦੇ ਵਿੱਚ ਖੜਾ ਹੈ ਤੁਸੀਂ ਉਹਦੀ ਨਿਕਾਸੀ ਨਹੀਂ ਕਰਨੀ, ਉਹਨੂੰ ਕੱਢਣਾ ਨਹੀਂ, ਅਤੇ 2 ਦਿਨ ਤੱਕ ਕੋਈ ਤਾਜ਼ਾ ਜੋ ਹੈਗੀ ਹੈ ਸਿੰਚਾਈ ਨਹੀਂ ਕਰਨੀ, ਨਵਾਂ ਪਾਣੀ ਨਹੀਂ ਲਾਉਣਾ। ਜੇ ਤੁਸੀਂ ਹੱਥਾਂ ਨਾਲ ਨਦੀਨਾਂ ਦੀ ਪਟਾਈ ਕਰਨੀ ਚਾਹੁੰਦੇ ਹੋ ਤਾਂ ਪਹਿਲੀ ਪਟਾਈ ਜਿਹੜੀ ਹੈਗੀ ਹੈ ਸੀਡਲਿੰਗ ਤੋਂ 15 ਤੋਂ 21 ਦਿਨ ਦੇ ਵਿੱਚ ਅਸੀਂ ਕਰਨੀ ਹੈ। ਦੂਜੀ ਪਟਾਈ ਅਸੀਂ 30 ਤੋਂ 45 ਦਿਨ ਦੇ ਵਿੱਚ ਕਰਨੀ ਹੈ, ਅਤੇ ਜੇ ਤੁਸੀਂ ਕੋਈ ਵੀ ਲੰਬੀ ਅਦਬੀ ਦਾ ਹਾਈਬ੍ਰਿਡ ਵਰਤਿਆ ਹੈ ਤਾਂ ਤੁਸੀਂ 80 ਤੋਂ 90 ਦਿਨ ਦੇ ਉੱਤੇ ਜੇ ਇੱਕ ਅਲੱਗ ਨਦੀਨਾਂ ਦੀ ਕਟਾਈ ਵੀ ਦੇ ਸਕਦੇ ਹੋ। ਕਿਸਾਨ ਵੀਰੋ, ਜਦ ਸਿੰਚਾਈ ਪ੍ਰਬੰਧਨ ਦੀ ਗੱਲ ਹੁੰਦੀ ਹੈ ਤਾਂ ਇਹਦੇ ਵਿੱਚ ਸਭ ਤੋਂ ਜੋ ਪ੍ਰਮੁੱਖ ਆ ਜਾਂਦਾ ਹੈ ਉਹ ਹੈ ਸਟੇਜ, ਪਨੀਰੀ ਲਾਉਣ ਦੀ ਇੱਕ ਸਟੇਜ ਹੁੰਦੀ ਹੈ, ਉਸ ਤੋਂ ਬਾਅਦ ਬੂਟਾ ਮੱਲਣ ਤੱਕ ਜਿਹਨੂੰ ਅਸੀਂ ਵੈਜੀਟੇਟਿਵ ਫੇਸ ਕਿਹਾ ਆ, ਫਟਾਰੇ ਦੀ ਅਤੇ ਨਿਸਰਨ ਦੀ ਜੋ ਫੇਸ ਹੈ ਇਹਨੂੰ ਅਸੀਂ ਰੀਪ੍ਰੋਡਕਟਿਵ ਕਹਿੰਦੇ ਹਾਂ, ਅਤੇ ਇਸ ਤੋਂ ਬਾਅਦ ਜੋ ਆਉਂਦਾ ਹੈ ਤੁਹਾਡਾ ਰਿਪਨਿੰਗ ਫੇਸ ਆਉਂਦਾ ਹੈ। ਤਾਂ ਬਿਜਾਈ ਪਨੀਰੀ ਲਾਉਣ ਦੇ ਸਮੇਂ 2 ਤੋਂ 3 ਸੈਂਟੀਮੀਟਰ ਪਾਣੀ ਹੋਣਾ ਚਾਹੀਦਾ ਹੈ ਖੇਤ ਦੇ ਵਿੱਚ, ਜਿਹਦੇ ਨਾਲ ਤੁਹਾਡਾ ਜੋ ਪੌਂਦ ਹੈ ਉਹ ਚੰਗੀ ਤਰ੍ਹਾਂ ਜੜ੍ਹਾਂ ਮਲਦੀਆਂ ਹਨ। ਪਨੀਰੀ ਲਾਉਣ ਤੋਂ ਬੂਝਾ ਬਣਨ ਤੱਕ, ਜਿਹਦੇ ਵਿੱਚ ਜੇ ਤੁਸੀਂ ਘੱਟ ਸਮੇਂ ਦਾ ਕੋਈ ਵੀ ਹਾਈਬ੍ਰਿਡ ਲਾਇਆ ਹੈ ਤਾਂ ਉਹਨੂੰ 35 ਦਿਨ ਤੱਕ, ਅਤੇ ਜੋ ਤੁਸੀਂ ਮੀਡੀਅਮ 55 ਅਤੇ 75 ਦਿਨ ਤੱਕ ਤੁਸੀਂ ਲੰਬੀ ਅਦਬੀ ਦੇ ਹਾਈਬ੍ਰਿਡ ਜੋ ਆ ਜਾਂਦੇ ਹਨ ਇਹ ਪਨੀਰੀ ਲਾਉਣ ਤੋਂ ਬੂਝਾ ਮੱਲਣ ਤੱਕ ਵੈਜੀਟੇਟਿਵ ਫੇਸ ਹੁੰਦਾ ਹੈ। ਇਸ ਵਿੱਚ ਤੁਸੀਂ 5 ਸੈਂਟੀਮੀਟਰ ਜਿਹੜਾ ਹੈਗਾ ਪਾਣੀ ਰੱਖ ਸਕਦੇ ਹੋ, ਜਿਹਦੇ ਨਾਲ ਤੁਹਾਡੇ ਬੂਟੇ ਦੀ ਜ਼ਮੀਨ ਨਾਲ ਪਕੜ ਚੰਗੀ ਬਣੇਗੀ ਅਤੇ ਜੜ੍ਹਾਂ ਦਾ ਜੋ ਵਿਕਾਸ ਆ ਉਹ ਬੜੀ ਤੇਜ਼ੀ ਨਾਲ ਹੋਏਗਾ। ਜਦੋਂ ਅਸੀਂ ਆ ਜਾਂਦੇ ਹਾਂ ਫਟਾਰੇ ਦੇ ਫੇਸ ਦੇ ਵਿੱਚ, ਜਦੋਂ ਸਾਡੀ ਮੁਜਰ ਨਿਕਲਣਾ ਸਟਾਰਟ ਹੁੰਦੀ ਹੈ, ਮੁਜਰ ਬਣਦੀ ਹੈ, ਤਾਂ ਇਹ ਜੋ ਫੇਸ ਹੁੰਦਾ ਹੈ ਇਸ ਸਮੇਂ ਦੇ ਉੱਤੇ 2 ਤੋਂ 3 ਸੈਂਟੀਮੀਟਰ ਜੋੜਾ ਪਾਣੀ ਅਸੀਂ ਰੱਖ ਸਕਦੇ ਹਾਂ, ਜਿਹਦੇ ਨਾਲ ਜੜ੍ਹਾਂ ਦਾ ਵਿਕਾਸ ਚੰਗਾ ਹੁੰਦਾ ਹੈ, ਚੰਗਾ ਫਟਾਰਾ ਸਾਡੇ ਪੌਦੇ ਦੇ ਉੱਤੇ ਆਉਂਦਾ ਹੈ, ਅਤੇ ਨਾਲ ਦੀ ਨਾਲ ਮੁਜਰਾਂ ਵੀ ਜਿਹੜੀਆਂ ਵਧੇਰੇ ਪੈਦਾ ਹੁੰਦੀਆਂ ਹਨ। ਫਟਾਰੇ ਤੋਂ ਬਾਅਦ ਨਿਸਰਨ ਦੀ ਜੋ ਸਟੇਜ ਆਉਂਦੀ ਹੈ, ਇਸ ਸਮੇਂ ਸਾਨੂੰ ਪਾਣੀ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਸਾਡੇ ਝੋਨੇ ਦੀ ਫਸਲ ਦੇ ਲਈ, ਜਿਹਦੇ ਵਿੱਚ ਅਸੀਂ 5 ਸੈਂਟੀਮੀਟਰ ਜਿਹੜਾ ਹੈਗਾ ਪਾਣੀ ਦੀ ਰੱਖ ਸਕਦੇ ਹਾਂ ਖੇਤ ਦੇ ਵਿੱਚ, ਜਿਹਦੇ ਨਾਲ ਮੁਜਰਾ ਦਾ ਵਿਕਾਸ ਚੰਗੀ ਤਰੀਕੇ ਨਾਲ ਹੁੰਦਾ ਹੈ, ਮੁਜਰਾਂ ਲੰਬੀਆਂ ਹੁੰਦੀਆਂ ਹਨ, ਅਤੇ ਨਾਲ ਦੀ ਨਾਲ ਹੀ ਇੱਥੇ ਜੇ ਤੁਸੀਂ ਪਾਣੀ ਇਸ ਤੋਂ ਜ਼ਿਆਦਾ ਰੱਖਦੇ ਹੋ ਤਾਂ ਤੁਹਾਨੂੰ ਇੱਕ ਸਾਵਧਾਨੀ ਵਰਤਣੀ ਹੋਏਗੀ ਕਿ ਜ਼ਿਆਦਾ ਪਾਣੀ ਰੱਖਣ ਦੇ ਨਾਲ ਜਿਹੜਾ ਬੂਟੇ ਦੀਆਂ ਜੜ੍ਹਾਂ ਵੀ ਗਲ ਜਾਂਦੀਆਂ ਹਨ ਤਾਂ ਡਿੱਗਣ ਦੀ ਸਮੱਸਿਆ ਵੀ ਆ ਜਾਂਦੀ ਹੈ ਨਿਸਰਨ ਦੇ ਟਾਈਮ, ਕਿਉਂਕਿ ਜੋ ਬੂਟਾ ਮੁਜਰਾਂ ਦੇ ਕਾਰਨ ਕਾਫੀ ਭਾਰੀ ਹੋ ਜਾਂਦਾ ਹੈ। ਅਤੇ ਇਸ ਤੋਂ ਬਾਅਦ ਆਉਂਦੀ ਹੈ ਪੱਕਣ ਤੋਂ
ਕਟਾਈ ਤੱਕ ਦੀ ਦਾ ਫੇਸ, ਜਿਹਦੇ ਵਿੱਚ ਦੋਧੇ ਤੋਂ ਲੈ ਕੇ ਸਾਰਾ ਬੀਜ ਪੱਕਦਾ ਹੈ। ਦੋਧੇ ਦੇ ਸਮੇਂ ਅਸੀਂ ਕੀ ਕਰਨਾ ਹੈ, 1 ਤੋਂ 2 ਸੈਂਟੀਮੀਟਰ ਜੋ ਪਾਣੀ ਖੜਾ ਰੱਖਣਾ ਹੈ, ਜਿਹਦੇ ਨਾਲ ਸਾਡੇ ਦਾਣਿਆਂ ਦਾ ਜੋ ਭਾਰ ਹੈ ਉਹ ਸਹੀ ਬਣ ਸਕੇ, ਅਤੇ ਫਿਰ ਉਸ ਤੋਂ ਬਾਅਦ ਥੋੜ੍ਹਾ ਥੋੜ੍ਹਾ ਪਾਣੀ ਕੱਢਦੇ ਰਹਿਣਾ ਹੈ। ਜੇ ਅਸੀਂ ਪਾਣੀ ਸਾਵਧਾਨੀ ਵਰਤਣੀ ਹੈ ਕਿ ਪਾਣੀ ਅਸੀਂ ਜਲਦੀ ਕੱਢਦੇ ਹਾਂ ਤਾਂ ਸਾਡੀ ਫੋਕ ਬਣਦੀ ਹੈ, ਜਿਹਨੂੰ ਅਸੀਂ ਕੱਚੇ ਦਾਣੇ ਕਹਿ ਦਿੰਦੇ ਹਾਂ ਜਾਂ ਟੁੱਟੇ ਹੋਏ ਕਹਿ ਦਿੰਦੇ ਹਾਂ। ਪਰ ਜੇ ਅਸੀਂ ਲੰਬਾ ਸਮਾਂ ਤੱਕ ਪਾਣੀ ਖੜਾ ਰੱਖਦੇ ਹਾਂ ਜਾਂ ਦੋਧੇ ਤੋਂ ਬੀਜ ਬਣ ਜਾਂਦਾ ਹੈ ਤਾਂ ਸਾਨੂੰ ਲੌਜਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਿੰਚਾਈ ਪ੍ਰਬੰਧਨ ਦੇ ਵਿੱਚ ਧਿਆਨਯੋਗ ਗੱਲਾਂ ਹਨ। ਕਿਸਾਨ ਵੀਰੋ, ਜਦ ਗੱਲ ਹੁੰਦੀ ਹੈ ਖਾਦ ਪ੍ਰਬੰਧਨ ਦੀ ਤਾਂ ਅਲੱਗ ਅਲੱਗ ਸਟੇਜਾਂ ਦੇ ਵਿੱਚ ਸਾਨੂੰ ਖਾਦ ਦੇਣ ਦੀ ਜ਼ਰੂਰਤ ਪੈਂਦੀ ਹੈ, ਜਿਹਦੇ ਵਿੱਚ ਅਸੀਂ ਜੋ ਵੇਸਲ ਡੋਜ ਹੈ, ਜੋ ਪਹਿਲਾਂ ਦੇਣ ਵਾਲੀ ਹੈ ਡੋਜ ਹੈ, ਉਹ ਸੀਡਲਿੰਗ ਤੋਂ ਬਾਅਦ ਦੇ ਵਿੱਚ ਦਿੰਦੇ ਹਾਂ, ਅਤੇ ਜਿਹੜੀ ਖਾਦ ਦੀ ਮਾਤਰਾ ਹੈ ਉਹ 80 ਕਿਲੋ ਅਸੀਂ ਨਾਈਟ੍ਰੋਜਨ, 50 ਕਿਲੋ ਫੋਸਫੋਰਸ, 40 ਕਿਲੋ ਪੋਟਾਸ ਤੇ 10 ਕਿਲੋ ਜਿਹੜੀ ਜਿੰਕ ਦੀ ਵਰਤੋਂ ਕਰਨੀ ਹੈ। ਜੋ ਇਹਨਾਂ ਨੂੰ ਵਰਤਣ ਦਾ ਸਮਾਂ ਹੈ ਉਹ ਅਲੱਗ ਅਲੱਗ ਹਾਈਬ੍ਰਿਡਸ ਦਾ ਅਲੱਗ ਅਲੱਗ ਹੈ, ਜਿਨ੍ਹਾਂ ਨੂੰ ਅਸੀਂ ਤੁਸੀਂ ਘੱਟ ਸਮੇਂ ਦੇ ਜੋ ਹਾਈਬ੍ਰਿਡ ਹਨ ਉਹਨਾਂ ਨੂੰ 30 ਤੋਂ 35 ਦਿਨ ਦੇ ਵਿੱਚ, ਨਿਸਰਨ ਵਾਲੇ ਜੋ ਹਨ 45 ਤੋਂ 50 ਦਿਨ ਦੇ ਵਿੱਚ, ਤੇ ਇਸ ਤੋਂ ਬਾਅਦ ਮੁਜਰਾ ਬਣਨ ਦਾ ਸਮਾਂ ਘੱਟ ਸਮੇਂ ਵਿੱਚ ਵਾਲੇ ਵਿੱਚ ਹੁੰਦਾ ਹੈ 70 ਤੋਂ 75 ਦਿਨ। ਇੱਦਾਂ ਹੀ ਇਸ ਨੂੰ ਵਰਤ ਸਕਦੇ ਹੋ, ਅਤੇ ਨਾਲ ਦੀ ਨਾਲ ਅਸੀਂ ਇੱਕ ਧਿਆਨ ਰੱਖਣਾ ਹੈ ਕਿ ਜੇ ਅਸੀਂ ਜਦੋਂ ਜਿੰਕ ਸਲਫੇਟ ਦੀ ਵਰਤੋਂ ਕਰਨੀ ਹੈ ਉਹ ਕਰਨੀ ਹੈ 10 ਕਿਲੋ ਜਿੰਕ ਸਲਫੇਟ 50 ਕਿਲੋ ਸੁੱਕੀ ਰੇਤ ਦੇ ਵਿੱਚ ਮਿਲਾ ਕੇ ਪਨੀਰੀ ਲਾਉਣ ਤੋਂ ਪਹਿਲਾਂ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਜੇ ਅਸੀਂ ਹਰੀ ਖਾਦ ਉਸ ਖੇਤ ਦੇ ਵਿੱਚ ਪਾਈ ਹੈ, ਕੁਝ ਕਿਸਾਨ ਹਰੀ ਖਾਦ ਜਾਂ ਰੂੜੀ ਦੀ ਖਾਦ ਦੀ ਵਰਤੋਂ ਕਰਦੇ ਹਾਂ ਤਾਂ 5 ਕਿਲੋ ਜਿੰਕ ਸਲਫੇਟ ਵੀ ਕਾਫੀ ਹੋਏਗਾ। ਕਿਸਾਨ ਵੀਰੋ, ਜੇ ਫਿਰ ਵੀ ਤੁਹਾਨੂੰ ਜਿੰਕ ਵਗੈਰਾ ਦੀ ਘਾਟ ਸਾਡੀ ਪੌਣ ਦੇ ਵਿੱਚ ਦਿਖਦੀ ਹੈ ਤਾਂ ਅਸੀਂ 0.5% ਜਿੰਕ ਸਲਫੇਟ 1% ਯੂਰੀਆ ਦੇ ਵਿੱਚ ਮਿਲਾ ਕੇ 15 ਦਿਨਾਂ ਦੇ ਅੰਤਰਾਲ ਦੇ ਉੱਤੇ ਅਸੀਂ ਵਰਤੋਂ ਕਰ ਸਕਦੇ ਹਾਂ, ਜਿਹਦੇ ਨਾਲ ਸਾਡੀ ਜਿੰਕ ਦੀ ਘਾਟ ਪੂਰੀ ਹੋ ਜਾਵੇਗੀ। ਤਾਂ ਅਸੀਂ ਅੱਜ ਜਾਣਿਆ ਹੈ ਪਨੀਰੀ ਨੂੰ ਬੀਜਣ ਦਾ, ਪ੍ਰਬੰਧਨ ਦਾ ਤਰੀਕਾ, ਸਿੰਚਾਈ ਦਾ, ਨਦੀਨਾਂ ਦਾ ਤਰੀਕਾ, ਅਤੇ ਨਾਲ ਦੀ ਨਾਲ ਅਸੀਂ ਖਾਦ ਪ੍ਰਬੰਧਨ ਬਾਰੇ ਗੱਲ ਕਰੀ। ਪਰ ਫਿਰ ਵੀ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਸਵਾਲਾਂ ਨੂੰ ਪੁੱਛ ਸਕਦੇ ਹੋ, ਅਤੇ ਨਾਲ ਹੀ ਵਧੇਰੇ ਜਾਣਕਾਰੀ ਦੇ ਲਈ ਅਡਵਾਂਟਾ ਦਾ ਵਟਸਐਪ ਚੈਟ ਨੰਬਰ ਤੇ ਕਨੈਕਟ ਕਰ ਸਕਦੇ ਹੋ, ਜੋ ਹੈ 98 870 91 390, 98 870 91 390, ਜਾਂ ਤੁਸੀਂ ਕਸਟਮਰ ਕੇਅਰ ਨੰਬਰ ਦੇ ਉੱਤੇ ਕਨੈਕਟ ਕਰ ਸਕਦੇ ਹੋ 1800 102 11 99। ਸਾਡਾ ਫੇਸਬੁੱਕ ਪੇਜ ਹੈ ਅਡਵਾਂਟਾ ਸੀਡ ਰਾਈਸ, ਜਿਹਦੇ ਉੱਪਰ ਵੀ ਤੁਸੀਂ ਕਨੈਕਟ ਕਰਕੇ ਆਪਣੀ ਕਿਸੇ ਵੀ ਸਵਾਲ ਦਾ ਜਵਾਬ ਲੈ ਸਕਦੇ ਹੋ। ਕਿਸਾਨ ਵੀਰੋ, ਅਗਲੇ ਪੜਾਅ ਦੇ ਵਿੱਚ ਤੁਹਾਨੂੰ ਫੇਰ ਮਿਲਾਂਗੇ, ਸਾਡੇ ਫੇਸਬੁੱਕ ਦੇ ਨਾਲ ਜੁੜੇ ਰਹੋ। ਧੰਨਵਾਦ।